प्यारे विद्यार्थियों अगली थ्योरम 7.2 मोस्ट इंपॉर्टेंट पेज 121 पे है एंगल्स ऑपोजिट टू इक्वल साइड्स ऑफ एन आइसोसेल्स ट्रायंगल आर इक्वल एक ਗੱਲ ਯਾਦ ਰੱਖਣੀ ਹੈ ਇਹ ਥਿਊਰਮਾਂ ਦੀਆਂ ਸਟੇਟਮੈਂਟਸ ਵੀ ਨਾਲ ਯਾਦ ਕਰਨੀਆਂ ਹੈ ਇਹ बार-बार यूज ਹੋਣੀ ਹੈ ਥਿਊਰਮ ਜਦੋਂ ਆਪਾਂ ਐਕਸਰਸਾਈਜ਼ ਵੀ ਕਰਨੀ ਹੈ आइसोसेल्स ट्रायंगल ਕਿਸ ਨੂੰ ਕਹਿੰਦੇ ਹੈ ਉਟ ਟ੍ਰੈਂਗਲ ਜਿਹਦੀਆਂ ਕੋਈ ਦੋ ਸਾਈਡਾਂ ਬਰਾਬਰ ਹੋਣ ਦੋ ਸਾਈਡਾਂ ਇਕੁਅਲ ਹੋਣ ਜਿਹਦਾ ਏ ਬੀ ਏ ਸੀ ਦੇ ਬਰਾਬਰ ਹੋ ਜੇ ਚਾਹੇ ਬੀ ਸੀ ਏ ਸੀ ਦੇ ਬਰਾਬਰ ਹੋ ਜੇ ਚਾਹੇ ਬੀ ਸੀ ਏ ਬੀ ਦੇ ਬਰਾਬਰ ਕੋਈ ਦੋ ਸਾਈਡਾਂ ਬਰਾਬਰ ਹੋ ਜਾਣ ਦੈਟ ਇਜ਼ ਕਾਲਡ ਆਈਸੋਸਸਲਿਸ ਟ੍ਰੈਂਗਲ ਇਕੁਇਲੇਟਰਲ ਟ੍ਰੈਂਗਲ ਉਹ ਹੁੰਦੀ ਜਿਹਦੀਆਂ ਤਿੰਨੋਂ ਸਾਈਡਾਂ ਹੀ ਬਰਾਬਰ ਹੋਣ ਇਹ ਯਾਦ ਰੱਖਿਓ ਐਨੇ ਕੇ ਐਂਗਲਸ ਆਪੋਜ਼ਿਟ ਟੂ ਇਕੁਅਲ ਸਾਈਡਸ ਹੁਣ ਦੋ ਸਾਈਡਾਂ ਇਕੁਅਲ ਆ ਇਹਨਾਂ ਦੇ ਜਿਹੜੇ ਆਪੋਜ਼ਿਟ ਐਂਗਲ ਆ ਬੱਚਿਆਂ ਨੂੰ ਇਹ ਨਹੀਂ ਸਮਝ ਲੱਗਦੀ ਜਰਾ ਧਿਆਨ ਨਾਲ ਦੇਖੋ ਹੁਣ ਸਾਈਡ ਹੈਗੀ ਏਬੀ ਏਬੀ ਸਾਈਡ ਦੇ ਆਪੋਜ਼ਿਟ ਐਂਗਲ ਕਿਹੜਾ ਬੰਦਾ ਬਿਲਕੁਲ ਸਾਹਮਣੇ ਦੇਖੋ ਸੀ ਬਣ ਗਿਆ ਐਂਗਲ ਸੀ ਜੇ ਏਸੀ ਸਾਈ ਏਸੀ ਹੈ ਇਹਦੇ ਆਪੋਜ਼ਿਟ ਕਿਹੜਾ ਐਂਗਲ ਬੰਦਾ ਇਸ ਸਾਈਡ ਦੇ ਆਪੋਜ਼ਿਟ ਐਂਗਲ ਹੈ ਬੀ ਤੇ ਜਿਹੜੇ ਸਾਈਡ ਬੀਸੀ ਹੈ ਬੀਸੀ ਦੇ ਆਪੋਜ਼ਿਟ ਐਂਗਲ ਕਿਹੜਾ ਬੰਦਾ ਐਂਗਲ ਏ ਇਹ ਯਾਦ ਰੱਖਣਾ ਲੋ ਹੁਣ ਗਿਵਨ ਕੀ ਹੈ ਇਨ ਟ੍ਰਾਇੰਗਲ ABC ਸਾਨੂੰ ਆ ਦੋ ਸਾਈਡਾਂ ਬਰਾਬਰ ਦਿੱਤੀਆਂ ਨੇ AB ਕਿਤੇ ਬਰਾਬਰ ਹੈ AC ਦੇ ਦਿੱਤੀ ਹੈ ਅਸੀਂ ਪ੍ਰੂਵ ਕਰਨਾ ਹੈ ਐਂਗਲ B ਬਰਾਬਰ ਐਂਗਲ C ਕਹਿੰਦਾ ਮਤਲਬ ਜਿਹੜੇ ਸਾਈਡਾਂ ਦੇ ਆਪੋਜ਼ਿਟ ਐਂਗਲ ਬਣਦੇ ਨੇ ਉਹ ਇਕੁਅਲ ਹੁੰਦੇ ਨੇ ਇਹ ਥਿਉਰਮ ਹੈ ਕੰਸਟਰਕਸ਼ਨ ਕਰ ਲਓ ਫਰੋਮ A ਡਰਾ AD ਦਾ ਬਾਈਸੈਕਟਰ ਆਫ ਐਂਗਲ A ਐਂਗਲ A ਦਾ ਬਾਈਸੈਕਟਰ ਮੀਟਿੰਗ BC ਐਟ D BC ਨੂੰ ਕਿੱਥੇ ਮੀਟ ਕਰ ਰਿਹਾ ਹੈ D ਪੁਆਇੰਟ ਤੇ ਇਹਦਾ ਮਤਲਬ ਜਿਹੜਾ ਐਂਗਲ A ਕਿਹਦੇ ਬਰਾਬਰ ਹੋਏਗਾ ਐਂਗਲ 2 ਦੇ AD ਕਿਉਂਕਿ ਬਾਈਸੈਕਟਰ ਆ ਐਂਗਲ A ਨੂੰ ਦੋ ਬਰਾਬਰ ਹਿੱਸਿਆਂ CD ਬਾਈਸੈਕਟ ਕਰ ਰਿਹਾ ਹੈ ਬਹੁਤ ਹੀ ਆਸਾਨ ਪ੍ਰੂਫ ਇਨ ਟ੍ਰਾਇੰਗਲ AB D ਤੇ ਟ੍ਰਾਇੰਗਲ ACD ਲੈ ਲਿਆ ਦੋਨੋਂ ਟ੍ਰਾਇੰਗਲ ਲੈ ਲਈਏ ਹੋਣ ਆਪਾਂ ਇਹਨਾਂ ਨੂੰ ਕਾਂਗਗਰੈਂਟ ਕਰ ਦੇਣਾ ਏਬੀ ਬਰਾਬਰ ਏਸੀ ਇਹ 기ਵਨ ਆ ਐਂਗਲ ਇੱਕ ਐਂਗਲ ਦੋ ਬਰਾਬਰ ਇਹ ਕੰਸਟਰਕਸ਼ਨ ਦੇ ਵਿੱਚ ਕੀਤਾ ਏਡੀ ਬਰਾਬਰ ਏਡੀ ਆ ਸਾਈਡ ਕਾਮਨ ਆ ਟ੍ਰਾਇੰਗਲ ਏਬੀਡੀ ਕਾਂਗਗਰੈਂਟ ਟੂ ਟ੍ਰਾਇੰਗਲ ਏਸੀਡੀ ਐਸਏਐਸ ਕਾਂਗਗਰੈਂਸ ਬਣ ਗਿਆ ਮੈਂ ਤੁਹਾਨੂੰ ਪਿਛਲੀ ਵੀਡੀਓਜ਼ ਦੇ ਵਿੱਚ ਅੱਛੀ ਤਰ੍ਹਾਂ ਸਮਝ ਮਜ ਸਮਝਾਇਆ ਸੀਗਾ ਵੀ ਜਿਹੜਾ ਪੁਆਇੰਟ ਆ ਪ੍ਰੋਪਰਲੀ ਲਿਖਣੇ ਜਦੋਂ ਕਾਂਗਗਰੈਂਸੀ ਦਾ ਨਿਸ਼ਾਨ ਪਾਉਣਾ ਏ ਕਿਤੇ ਜਿਹੜਾ ਪੁਆਇੰਟ ਜਾ ਰਿਹਾ ਕੋਰਸਪੋਂਡ ਕਰ ਰਿਹਾ ਏ ਤੇ ਬੀ ਕਰ ਰਿਹਾ ਕੋਰਸਪੋਂਡ ਤੇ ਸੀ ਤੇ ਕਿਉਂਕਿ ਐਂਗਲ ਬੀ ਦੇ ਬਰਾਬਰ ਆਣਾ ਰਿਹਾ ਐਂਗਲ ਸੀ ਦੇ ਹੈ ਹੁਣ ਇਹ ਕਿਸ ਤਰ੍ਹਾਂ ਲਿਖਣਾ ਮੈਂ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇ ਵਿੱਚ ਅੱਛੀ ਤਰ੍ਹਾਂ ਸਮਝਾਇਆ ਵਾ ਇਹ ਤਾਂ ਧਿਆਨ ਰੱਖਣਾ ਡੀ ਪੁਆਇੰਟ ਕਿਹਨੂੰ ਕੋਰਸਪੋਂਡ ਕਰ ਰਿਹਾ ਡੀ ਦੇ ਹੁਣ ਇਹਦਾ ਮਤਲਬ ਐਸਐਸ ਕਾਂਗਰੈਂਸ ਬਣ ਗਿਆ ਦੇਰਫੋਰ ਐਂਗਲ ਬੀ ਦੇ ਬਰਾਬਰ ਆ ਗਿਆ ਐਂਗਲ ਸੀ ਦੇ ਬਾਈ ਸੀਪੀਸੀਟੀ ਬੱਚਿਓ ਥਿਊਰਮ 7.3 ਪੇਜ 122 ਇਹ ਉਹਦਾ ਕਨਵਰਸ ਹੈ 7.2 ਜਿਹੜੀ ਥਿਊਰਮ ਸੀ ਹੁਣ ਆਪਾਂ ਉਲਟ ਪ੍ਰੂਫ ਕਰਾਂਗੇ ਹੁਣ ਸਾਨੂੰ ਦਾ ਸਾਈਡਸ ਆਪੋਜ਼ਿਟ ਟੂ ਇਕੁਅਲ ਐਂਗਲਸ ਹੁਣ ਐਂਗਲ ਇਕੁਅਲ ਦਿੱਤੇ ਨੇ ਹੁਣ ਅਸੀਂ ਸਾਈਡਾਂ ਬਰਾਬਰ ਪ੍ਰੂਫ ਕਰਨੀਆਂ ਨੇ ਹੁਣ ਐਂਗਲ B ਐਂਗਲ C ਦੇ ਬਰਾਬਰ ਦਿੱਤਾ ਤੇ ਅਸੀਂ ਪ੍ਰੂਫ ਕਰਨਾ AB ਕਿਹਦੇ ਬਰਾਬਰ ਹੈ AC ਦੇ ਬਰਾਬਰ ਹੈ ਇਨ ਗਿਵਨ ਲਿਖ ਲਓ ਇਨ ਟ੍ਰਾਇੰਗਲ ABC ਐਂਗਲ B ਐਂਗਲ C ਟੂ ਪ੍ਰੂਫ AB AC from a फिर draw ad the bisector of angle a meeting bc at point d उदा ये जेड़ा एंगल ए दा बाईसेक्टर द पीछे थ्योरम च कीता सिगा ए डी बाय एंगल ए दा बाईसेक्टर है ते ए दा मतलब ए की हो गया एंगल 1 के बराबर हो गया एंगल 2 ਦੇ ਬਰਾਬਰ ਹੁਣ ट्रायंगलला ਕੰਗੂਰੈਂਟ ਕਰ ਲੈਣੀ ਆ ट्रायंगल ए बी टी एंड ट्रायंगल ए सी डी एंगल 1 एंगल 2 इक्वल टू बराबर ਦਾ ਮਤਲਬ ਹੁੰਦਾ ਇਕੁਅਲ ਟੂ angle 1 angle 2 by construction angle b angle c ਇਹ গিਵਨ ਹੈ ਲਿਖਿਆ ਹੋਇਆ ਉੱਪਰ ad ad ਆ ad ad ਦੇ ਬਰਾਬਰ ਆ ਇਹ ਕਾਮਨ ਹੈ देयरफॉर ट्रायंगल abd ਕਾਂਗਰੈਂਟ ਟੂ ट्रायंगल acd ਜਰਾ ਧਿਆਨ ਨਾਲ ਦੇਖੋ a ਪੁਆਇੰਟ ਕਿੱਥੇ ਜਾ ਰਿਹਾ ਹੈ ਇਹ ਰੇ ਤਾਂ ਕਾਮਨ ਹੀ ਹੈ b ਕੇ ਦਿੱਤੇ ਉੱਪਰ ਕਿਹਨੂੰ ਕੋਰਸਪੋਂਡ ਕਰ ਰਿਹਾ c ਨੂੰ ਤੇ ਮੈਂ ਤਾਂ ਇੱਥੇ a a ਹੀ ਹੈ b ਕਿਹੜਾ ਲਿਖਿਆ c ਤੇ ਜਿਹਦੀ ਸੋਚਣ ਦੀ ਲੋੜ ਨਹੀਂ ਪੈਣੀ ਉਹ ਤਾਂ ਇੱਕੋ ਹੀ ਕਾਮਨ ਆ ਗਿਆ ਇੱਥੇ d ਹੈ ਤੇ ਇੱਧਰ ਵੀ d ਦੋ ਪੁਆਇੰਟਾਂ ਨੂੰ ਧਿਆਨ ਨਾਲ ਲਿਖਣਾ ਪੈਂਦਾ ਕਾਂਗਰੈਂਸੀ ਦੇ ਵਿੱਚ ਇੱਥੇ ਤੇ ਜਿੱਦਾਂ ਮਰਜ਼ੀ ਲਿਖ ਲਓ ਇੱਥੇ ਕੋਈ ਬਹੁਤੀ ਫਰਕ ਨਹੀਂ ਪੈਂਦਾ ਲੇਕਿਨ ਜਦੋਂ ਤੁਸੀਂ ਕਾਂਗਰੈਂਸੀ ਦਾ ਨਿਸ਼ਾਨ ਪਾਤਾ ਜਿਹੜੇ ਪੁਆਇੰਟ ਕੋਰਸਪੋਂਡਲੀ ਕੋਰਸਪੋਂਡਿੰਗ ਇੱਕ ਟਰਾਈਐਂਗਲ ਤੋਂ ਦੂਸਰੀ ਟਰਾਈਐਂਗਲ ਤੇ ਜਾਂਦੇ ਨੇ ਉਹੋ ਹੀ ਲਿਖਨੇ ਹੈ ਇਹ ਬਣ ਗਿਆ ਐਂਗਲ ਐਂਗਲ ਸਾਈਡ ਕਿਸ ਤਰ੍ਹਾਂ ਐਂਗਲ ਐਂਗਲ ਸਾਈਡ ਸਾਈਡ ਇਧਰ ਲਈ ਹੈ ਨਾ ਇਹ ਕਾਂਗਰੈਂਸ ਬਣ ਗਿਆ ਰੀਜ਼ਨ ਜ਼ਰੂਰ ਲਿਖਨੇ देयरफॉर AB AC ਕਿਉਂਕਿ ਬਾਕੀ ਜੇ ਤਿੰਨ ਪਾਰਟ ਆਪਾਂ ਐਂਗਲ ਐਂਗਲ ਸਾਈਡ ਨਾਲ ਕਾਂਗਰੈਂਸੀ ਨਾ ਪ੍ਰੂਵ ਕਰਤੀਆਂ ਦੋ ਟ੍ਰਾਇੰਗਲਾਂ ਕਾਂਗਰੈਂਟ ਕਰਤੀਆਂ ਤਾਂ ਬਾਕੀ ਜਿਹੜੇ ਤਿੰਨ ਪਾਰਟ ਹੈ ਚਾਹੇ ਦੋ ਸਾਈਡਾਂ ਜਾਂ ਐਂਗਲ ਰਹਿ ਜਾਣ ਜਾਂ ਇੱਕ ਐਂਗਲ ਦੋ ਐਂਗਲ ਜਾਂ ਇੱਕ ਸਾਈਡ ਰਹਿ ਜੇ ਉਹ ਵੀ ਆਪਸ ਦੇ ਵਿੱਚ ਬਰਾਬਰ ਹੋ ਜਾਂਦੇ ਨੇ ਇਹਨੂੰ ਕਿੰਨੇ ਆਪਾਂ ਕੋਰਸਪੋਂਡਿੰਗ ਪਾਰਟਸ ਆਫ ਕੰਗਰੈਂਟ ਟ੍ਰੈਂਗਲਸ